ਸੀਟੀਐਲ ਦੇ ਬਿਆਨ ਤੇ ਤੁਹਾਨੂੰ ਟ੍ਰੋਲ ਵੀ ਬਹੁਤ ਕੀਤਾ ਗਿਆ ਸੀ ਹਾਂ ਮੈਂ ਬੜਾ ਇਹ ਗੱਲ ਕਿ ਦੇਖੋ ਜੀ ਸਾਡੇ ਸੰਤ ਨੇ ਸਾਡੇ ਸਾਧ ਨੇਤਾ ਜੀ ਬੰਦ ਲਾਤਾ ਜਿਹੜਾ ਕਿ ਲੋਕਾਂ ਨੇ ਬੰਦ ਲਾਇਆ ਸਾਥ ਉੱਥੇ ਪਹੁੰਚ ਗਿਆ ਫੋਟੋ ਮਾ ਕਰਾਉਣ ਮੈਂ ਇਹ ਗੱਲ ਕਹਿਣਾ ਵੀ ਜੀ ਉਹਨੇ ਬੰਦ ਲਾਉਣੇ ਆ ਜੀ ਸਦਕੇ ਲਾਵੇ ਮੈਨੂੰ ਕੋਈ ਦੁੱਖ ਨਹੀਂ ਬੰਦ ਲਵਾ ਲੋ ਤੋਂ ਤੂੰ ਅੱਗੇ ਵੀ ਰਹੋਂਦਾ ਹੁਣ ਹੋਰ ਲਵਾ ਲੋ ਪਰ ਉਹਨੂੰ ਦਾਸ ਮੈਂਬਰ ਨਹੀਂ ਸੀ ਬਣਨਾ ਚਾਹੀਦਾ ਉਹ ਅਸਲ ਤਾਂ ਹੁਣ ਉਹਦੀ ਪ੍ਰੀਖਿਆ ਦੀ ਘੜੀ ਤਾਂ ਮਨਿੰਦਰ ਹੋਣਾ ਹੈ ਕੀ ਉਹ ਬੰਦਾ ਹੁਣ ਪੰਜਾਬ ਦੇ ਪਾਣੀਆਂ ਦੇ ਰੈਫਰੈਂਸ ਸਿਧਾਂਤਾਂ ਦੇ ਉੱਤੇ ਗੱਲ ਕਰੂਗਾ ਠਿਕ-ਠੋਕ ਕੇ ਇੱਕ ਕੱਲੇ ਬੋਰੀਆਂ ਚੱਕਣ ਵਾਲਾ ਜਾਂ ਫਿਰ ਮੈਂ ਹੁਣ ਪਰਸੋਂ ਜੇ ਉੱਥੇ ਗਿਆ ਸੀਗਾ ਬੁੱਢੇ ਦਰਿਆ ਤੇ ਮੈਂ ਉੱਥੇ ਗਿਆ ਸੀ ਮਹੱਲਿਆ ਉਹ ਪਈ ਤੁਹਾਡੇ ਸਾਥ ਨੂੰ ਲੈ ਕੇ ਆ ਹੁਣ ਆਪਾਂ ਬੋਰੀ ਜ ਇੱਥੇ ਵੀ ਲਿਆ ਕੇ ਆ ਬੰਦ ਲਾ ਲਗੇ ਕਿੰਨਾ ਕੈਮੀਕਲ ਸਾਡਾ ਪੈ ਰਿਹਾ ਸਤਲੋਜ ਦੇ ਵਿੱਚ ਇੱਥੇ ਆ ਕੇ ਉਹ ਅੰਤਰਗੇ ਫੋਟੋਮਾਂ ਕਰਾਉਂਦੇ ਸੀ ਵੀਡੀਓ ਕਰਾਉਂਦੇ ਹੁੰਦੇ ਸੀ ਕਦੇ ਇੱਥੇ ਆ ਕੇ ਸੀਚਲ ਵਰਗੇ ਬੋਲਦੇ ਹੁੰਦੇ ਸੀ ਤਾਂ ਮੈਂ ਤੁਹਾਨੂੰ ਦੱਸਣਾ ਚਾਹਣਾ ਵੀ ਸੀਚਲ ਨੇ ਇੱਥੇ ਜੀਰੇ ਫੈਕਟਰੀ 'ਚ ਕੀ ਕੜੀ ਕੋਲੀ ਸੀ ਹਾਂ ਫੈਕਟਰੀ ਦੇ ਹੱਕ 'ਚ ਹੋ ਕੇ ਖੜ ਗਿਆ ਸੀ ਨਾ ਲੋਕਾਂ ਦੇ ਵਿਰੁੱਧ ਸੀ ਉਹ ਮੇਰੇ ਕੋਲ ਸਾਰਾ ਰਿਕਾਰਡ ਪਿਆ ਉਹਨਾਂ ਦਾ ਬੋਲਿਆ ਹੋਇਆ ਵੀ ਉਹਦੀਆਂ ਮੇਰੇ ਕੋਲ ਵੀਡੀਓ ਪਈਆਂ ਨੇ ਜਦੋਂ ਬੋਲਿਆ ਕਿ ਹਾਂ ਜੀ ਇਹਦਾ ਫੈਕਟਰੀ ਚੱਲਣੀ ਚਾਹੀਦੀ ਹੈ ਤੇ ਕਿਹੜੇ ਵਾਤਾਵਰਣ ਪ੍ਰੇਮੀ ਦੀਆਂ ਜਿਹੜੇ ਗੱਲਾਂ ਕਰਦੇ ਨੇ ਸੋ ਇਹ ਲਈ ਸਾਡੇ ਲੋਕਾਂ ਨੂੰ ਸਮਝ ਸਮਝ ਇਹਨਾਂ ਮੁੱਦਿਆਂ ਦੀ ਹੈ ਨਹੀਂ ਸਾਡੇ ਲੋਕਾਂ ਨੂੰ ਨਿੱਜੀ ਗਰਜਾਂ ਚ ਰਲ ਜਾਤਾ ਆਟਾ ਲੈ ਲਓ ਦਾਲ ਲੈ ਲਓ ਬਿਜਲੀ ਮੁਫਤ ਲੈ ਲਓ ਬਸ ਤੇ ਫਰੀ ਚੜਜੋ ਬਸ ਪਾਣੀ ਰਾਜਤਾਨੀ ਕਿੰਨੇ ਮੁੱਦੇ ਨੇ ਤੁਸੀਂ ਕੋਈ ਹੋਰ ਮੁੱਦਾ ਹੱਥ ਮੇਰੇ ਦਿਮਾਗ ਚ ਆ ਗਿਆ ਇਹਦੇ ਵੀ ਬਹੁਤ ਘੱਟ ਲੋਕ ਬੋਲੇ ਆ ਜੰਮੂ ਕਸ਼ਮੀਰ ਦੇ ਵਿੱਚ ਇਹ ਹੁਣ ਚੋਣਾ ਕਰਾਉਣ ਜਾ ਰਹੇ ਆ ਉਹਦੇ ਵਿੱਚ ਦੋ ਸ਼ੀਟਾਂ ਰੱਖੀਆਂ ਗਈਆਂ ਨੇ ਰਾਖਮੀਆਂ ਜਿਹੜੇ ਜੰਮੂ ਕਸ਼ਮੀਰ ਦੇ ਪੰਡਤ ਆ ਇੱਕ ਸ਼ੀਟ ਰੱਖੀ ਗਈ ਆ ਉਹਦੇ ਚ ਜਿਹੜੇ ਉਧਰਲੇ ਕਸ਼ਮੀਰ ਤੋਂ ਜਾਂ ਪਾਕਿਸਤਾਨ ਤੋਂ ਪੈ ਕਹਿ ਲਈ ਉਜੜ ਕੇ ਆਏ ਸੀ ਉਹਨਾਂ ਦੇ ਲਈ ਉੱਥੇ ਕਰੀਬ-ਕਰੀਬ ਮਨਿੰਦਰ ਤਿੰਨ ਤੋਂ ਦਨ ਲੱਖ ਤੋਂ ਉੱਪਰ ਦੀ ਆਬਾਦੀ ਸਿੱਖਾਂ ਦੀ ਹੈ ਠੀਕ ਹੈ ਉਹਦੇ ਸਿੱਖਾਂ ਲਈ ਸ਼ੀਟਾਂ ਕਿਉਂ ਨਹੀਂ ਰੱਖੀਆਂ ਹੂੰ ਕੋਈ ਇਸ ਮੁੱਦੇ ਤੇ ਬੋਲਿਆ ਜਿਹੜੇ ਆਪਣੇ ਆਪ ਨੂੰ ਪੰਥਕ ਅਖਵਾਉਂਦੇ ਆ ਸਿੱਖ ਹਤੈਸ਼ੀ ਕਹਾਉਂਦੇ ਆ ਕੋਈ ਬੰਦੇ ਨੇ ਕਿਸੇ ਨੇ ਬਿਆਨ ਦਿੱਤਾ ਕੋਈ ਰਾਜਪਾਲ ਨੂੰ ਇਹਨਾਂ ਮੁੱਦਿਆਂ ਤੇ ਲੈ ਕੇ ਮਿਲਣ ਗਿਆ ਤੇ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਇਹਨਾਂ ਮੁੱਦਿਆਂ ਨਾਲ ਸਾਡੇ ਲੋਕਾਂ ਨੂੰ ਕੋਈ ਲੈਣਾ ਦੇਣਾ ਨਹੀਂ ਕੋਈ ਸਰੋਕਾਰ ਹੀ ਨਹੀਂ ਨਾ ਸਾਡਾ ਧਿਆਨ ਇਤਕ ਜਾਣ ਦਿੰਦੇ ਆ ਇੱਥੇ ਤੁਹਾਨੂੰ ਥੱਲੇ ਇਹ ਅਲਝਾਈ ਫਿਰਦੇ ਆ ਜੋ ਸਾਡੇ ਨਾਲ ਵਾਪਰ ਰਿਹਾ ਆ ਆਉਣ ਵਾਲਾ ਸਮਾਂ ਤੁਸੀਂ ਦੇਖੋਗੇ ਇਹਦਾ ਹਲੇ ਟਰੇਲਰ ਆ ਹੂੰ ਹਿੰਦੂ ਰਾਸ਼ਟਰ ਦਾ ਟਰੇਲਰ ਆ ਇਹ ਹੂੰ ਜਿਹੜਾ ਤੁਸੀਂ ਮਨੀਪੁਰ ਦੇਖ ਲਿਆ ਤੇ ਹਰਿਆਣੇ 'ਚ ਦੇਖ ਲਿਆ ਫਿਲਮ ਤਾਂ ਹਲੇ ਬਾਕੀ ਆ ਹੂੰ ਦੇਖੋਗੇ ਵੀ ਕਿਵੇਂ ਮੈਂ ਬਹੁਤ ਸਮਾਂ ਪਹਿਲਾਂ ਇਹ ਗੱਲ ਕਹਿੰਦੀ ਸੀ ਕਿ ਵੀ ਜੰਮੂ ਕਸ਼ਮੀਰ ਤੋਂ ਬਾਅਦ ਅਗਲਾ ਨੰਬਰ ਪੰਜਾਬ ਦਾ ਹੈ ਇਹ ਹੋਣਾ ਹੋਣਾ ਸਾਡੇ ਨਾਲ ਜੇ ਸਾਡੇ ਲੋਕ ਅੱਜ ਵੀ ਨਾ ਸਮਝੇ ਅੱਜ ਵੀ ਅਸੀਂ ਇਹਨਾਂ ਦੇ ਝੋਲੀ ਚੱਕ ਬਣੇ ਰਹੇ ਇਹਨਾਂ ਦੇ ਤਲੀਆਂ ਚੜਦੇ ਰਹੇ ਚਾਪਲੂਸੀ ਕਰਦੇ ਰਹੇ ਇਹਨਾਂ ਮਗਰ ਜਿੰਦਾਬਾਦ ਮੁਰਦਾਬਾਦ ਕਰਦੇ ਰਹੇ ਤੁਹਾਡਾ ਨਾਲ ਸਮਾਂ ਮਾੜਾ ਜੇ ਨਾ ਇਕੱਠੇ ਹੋਏ ਤਾਂ ਆਖਰੀ ਸਵਾਲ ਮੈਂ ਲਵਾਂਗਾ ਕਿ ਇੱਕ ਬਿਆਨ ਹੈ ਭਗਵਾਨ ਸਿੰਘ ਮਾਨ ਇੱਕ ਸਟੇਜ ਤੇ ਖੜਾ ਕੇ ਕਹਿੰਦੇ ਆ ਵੀ ਮੁਰਗੀ ਦੇ ਆ ਕੱਦੂ ਤੋਂ ਲੈ ਕੇ ਤੇ ਬੱਕਰੀ ਤੱਕ ਮੁਰਗੀ ਦੇ ਆਂਡੇ ਦਾ ਸਭ ਦਾ ਮੁਆਵਜ਼ਾ ਮਿਲੂਗਾ ਉਹ ਕਹਿੰਦੇ ਤੇ ਨਾ ਅਸੀਂ ਕੇਂਦਰ ਤੋਂ ਮੰਗਣਾ ਪੈਸਾ ਹੀ ਬਾਹਲਾ ਪਿਆ ਸਾਡੇ ਕੋਲੇ ਡਿਜ਼ਾਸਟਰ ਫੰਡ ਦੂਜੇ ਪਾਸੇ ਹਰਪਾਲ ਜੀ ਮੈਂ ਕਹਿੰਦੇ ਸਾਡਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਅਸੀਂ ਕੇਂਦਰ ਨੂੰ ਕਹਿੰਨੇ ਫੰਡ ਜਾਰੀ ਕਰੇ ਇਹ ਦੋਨਾਂ ਬਿਆਨਾਂ ਨੂੰ ਕਿਵੇਂ ਦੇਖੋ ਕਿਹੜਾ ਕਿਹੜਾ ਭਵੰਤ ਦਾ ਬਿਆਨ ਆ ਜਿਹਦੇ ਖਰਾ ਉਤਰ ਗਿਆ ਹਮ ਸੱਦੀ ਲਵਾਈ ਝੋਨੇ ਦੀ ਪੈਸੇ ਮਿਲ ਗਏ ਮੂੰਗੀ ਤੇ ਐਮਐਸਪੀ ਮਿਲ ਗਈ ਮੱਕੀ ਦੇ ਮਿਲ ਗਏ ਗੜਿਆਂ ਨਾਲ ਲੋਕਾਂ ਦੀਆਂ ਫਸਲਾਂ ਭਰੀਆਂ ਤਾਂ ਕਹਿੰਦਾ ਸੀਗਾ ਫਸਲਾਂ ਮਤਲਬ ਕਿ ਗਰਦੌਰੀ ਬਾਅਦ ਕਰਾਂਗੇ ਤੇ 15 15000 ਖਾਤੇ ਚ ਆ ਗਈ ਅਜੇ ਤੱਕ ਰੁਪਈਆ ਨਹੀਂ ਆਇਆ ਸਭ ਤੋਂ ਕੋਝਾ ਮਜਾ ਕੋਰ ਸੁਣ ਲੋ ਗਰੀਬਾਂ ਨਾਲ ਕੀਤਾ ਇਹਨਾਂ ਦੇ ਐਮਐਲਏ ਨੇ ਚੈੱਕ ਬੰਡੇ ਆ ਬਰਿੰਦਰ ਇੱਕ ਗਰੀਬ ਜੀ ਦਾ ਕੋਠਾ ਟਹਿ ਗਿਆ 4000 ਰੁਪਈਆ 4000 ਰੁਪਈਆ ਦੀ ਬਰੇਤੀ ਟ੍ਰਾਲੀ ਵੀ ਨਹੀਂ ਆਉਂਦੀ ਇੱਟ ਵੀ ਪੈਂਸਨ ਹੋਈ ਪਈ ਆ ਇਹ ਡਰਾਮੇ ਹੀ ਕਰ ਰਹੇ ਨੇ ਯਾਰ ਉਧਰ ਦੂਜੇ ਪਾਸੇ ਹੁਣ ਤੂੰ ਦੇਖੀ ਜਾਈ ਬੋਰਡ ਲੱਗਣਗੇ ਸਟੌਜ ਵਾਲੇ ਮਹਾਰਾਜ ਕੋਈ ਆਂਡਾ ਚੱਕੀ ਖੜੇ ਆ ਬੰਨ ਰਹੇ ਆ ਲੋਕਾਂ ਨੂੰ ਕੋਈ ਮੁਰਗੀ ਦੇ ਰਹੇ ਨੇ ਕੋਈ ਬੱਕਰੀ ਫੜਾ ਰਹੇ ਆ ਇਹ ਇਹ ਫੋਟੋ ਮੈਂ ਤੁਹਾਨੂੰ ਨਜ਼ਰ ਆਉਣਗਾ ਵੀ ਦੇਖੋ ਉਹ ਫੋਟੋ ਮਾਰੇ ਪੈਸੇ ਕਿਨੇ ਲੱਗਣੇ ਆ 200 ਕਰੋੜ 400 ਕਰੋੜ ਰੁਪਈਆ ਲਾਉਣਾ ਇਹਨਾਂ ਨੇ ਇਹ ਡਰਾਮਾ ਚੱਲ ਰੂਗਾ ਸੋ ਇਹ ਡਰਾਮਿਆਂ ਦੀ ਸਰਕਾਰ ਦਾ ਡਰਾਮਿਆਂ ਚ ਲੋਕਾਂ ਨੂੰ ਲੁਝਾਈ ਫਿਰ ਸਾਡੇ ਲੋਕ ਆ ਗੱਲਾਂ ਨਾਲ ਖੁਸ਼ ਹੋਣ ਵਾਲੇ ਆ ਆ ਸੁਖਵੀਰ ਨੂੰ ਬੜਾ ਠੋਕਿਆ ਜਪਵੰਤ ਨੇ ਅੱਜ ਮਜੀਠੀਏ ਨੂੰ ਠੋਕਤਾ ਅੱਜ ਫਲਾਣੇ ਨੂੰ ਠੋਕਤਾ